ਦਿਲਿਕ ਹੋਰ ਨਵਾਂ ਸਵਾਲ ਲੱਗਿਆ ਇਹਦੇ ਵਿੱਚ ਕੀ ਕਰਨਾ ਵਾ ਤੁਹਾਡੇ ਕੋਲ 6 ਆਂਡੇ ਹਨ ਠੀਕ ਆ 2 ਆਂਡੇ ਤੋੜਤੇ 2 ਆਂਡੇ ਬਣਾ ਲੇ 2 ਆਂਡੇ ਖਾ ਲੇ ਤੇ ਦੱਸੋ ਤੁਹਾਡੇ ਕੋਲ ਕੁੱਲ ਕਿੰਨੇ ਆਂਡੇ ਬਚਣਗੇ ਜੇ ਤਾਂ ਤੂੰ ਦੱਸੇਗੀ ਤੈਨੂੰ 100 ਰੁਪਿਆ ਇਨਾਮ ਮਿਲੂਗਾ ਚਲ ਹਰ ਮੈਨੂੰ ਦੱਸ ਕੇ 2 ਦੇਖ ਲੈ ਤੇਰਾ ਕਿੰਨਾ ਕੁ ਦਿਮਾਗ ਚੱਲਦਾ ਤਿੰਨ 2 ਹੀ ਚਾਂਸ ਦੇਣੇ ਆ दो अंडे तोड़ते दो अंडे बना ले ते दो अंडे खा ले हाँ। तो मेरे साथ ना तो जीरो ही बचूंगा पता करके रखा ये ते आऊगा आंसर जीरो पक्का क्योंकि दो अंडे जीरो ही आंसर आऊगा क्योंकि क्योंकि अरे 2 2 4 5 6 ਇੱਥੇ ਵੀ 6 ਆ ਆਪਾਂ 6 ਤੋਂ 6 ਮਾਈਨਸ ਕੀਤੇ 0 ਹੀ ਆਨਸਰ ਆਊਗਾ ਪੱਕਾ ਹਾਂ ਪੱਕਾ ਤੇਰਾ ਫਸਟ ਚਾਂਸ ਕੀਆ ਹੁਣ ਸੈਕੰਡ ਚਾਂਸ ਕਰ 0 ਆਨਸਰ ਆ ਹੀ ਨਹੀਂ ਸਕਦਾ ਥੋੜਾ ਜਿਹਾ ਦਿਮਾਗ ਲਗਾਣਾ 2 ਅੰਡੇ ਤੋੜਤੇ ਤੇ 2 ਹੀ ਅੰਡੇ ਬਣਾ ਲਏ 2 ਅੰਡੇ ਖਾ ਲਏ ਤਾਂ मेरे सामने तो जीरो ही आऊगा आंसर जीरो आंसर ही नहीं आना आऊगा क्योंकि आज इतने है कि 6 क्या दे 2 2 4 5 6 6 तो 6 माइनस कितने जीरो ही आंसर होगा फिर दूसरी बारी फिर पक्का पक्का फिर तेरा आंसर गलत है तेरे हाथ दोनों दी दोनों चांस दे ਹਰ ਮੈਂ ਤੈਨੂੰ ਸੋਲਵ ਕਰਕੇ ਦੱਸਦੀ ਹਾਂ ਤੇ ਤੋਂ ਮੈਂ ਤੇ ਤੋਂ ਮੈਂ ਐਂਟਰੀ ਫੀਸ ਨਹੀਂ ਲਵਾਂਗੀ ਕਿਉਂਕਿ ਤੇ ਛੋਟੀ ਹੈ ਇਸ ਕਰ ਦੇਖੋ ਨਹੀਂ ਤੇ ਦੋ ਅੰਡੇ ਆ ਜਿਹੜੇ ਆਪਾਂ ਤੋੜਤੇ ਤੇ ਦੋ ਅੰਡੇ ਬਣਾ ਲੇ ਤੇ ਦੋ ਅੰਡੇ ਖਾ ਲੇ ਆਪਾਂ ਪਹਿਲਾਂ ਅੰਡਿਆਂ ਨੂੰ ਤੋੜਤਾ ਫਿਰ ਬਣਾ ਲਿਆ ਤੇ ਦੋ ਹੀ ਅੰਡੇ ਖਾਦੇ ਆਪਣੇ ਆਪਾਂ ਦੋ ਅੰਡੇ ਖਾ ਲੇ ਫਿਰ ਆਪਣੇ ਕੋਲੇ ਟੋਟਲ ਕਿੰਨੇ ਅੰਡੇ ਬਚ ਗਏ 4 ਬਸ ਫਿਰ ਇਹਦਾ ਆਨਸਰ ਕਿੰਨਾ ਆਇਆ ਸੀਗਾ 4 ਇੰਨਾ ਸਿੰਪਲ ਸਮ ਸੀਗਾ ਇਹ ਚਾਹਣ ਤੋਂ ਹਾਰ ਗਿਆ ਅੱਜ ਤੈਨੂੰ 100 ਰੁਪਏ ਇਨਾਮ ਨਹੀਂ ਮਿਲਣਾ ਅੱਜ